ਹਸਬੈਂਡ ਐਕਸਪਾਇਰ ਹੋਏ ਆ, ਆਪਾਂ ਸਾਡੇ ਨਾਲ ਦੀ ਅਗਲੀ ਜਾ ਕੇ ਵੀ ਜਨਾਨੀ ਰਹਿੰਦੀ ਆ, ਉਹਨੇ ਮੈਨੂੰ ਆਪਣੇ ਘਰ ਵਾਲੇ ਮੇਰੇ ਘਰ ਵਾਲੇ ਨੂੰ ਆਪਣੀ ਗੱਲਾਂ 'ਚ ਫਸਾਇਆ ਸੀ, ਠੀਕ ਹੈ, ਫਸਾ ਫਸੂ ਕੇ ਤੇਰੇ ਘਰ ਵਾਲੇ ਨੇ ਕੁਛ ਦੇ ਕੇ ਇਹਨੂੰ ਮਾਰਤਾ, ਬਸ ਦੋਨੇ ਜਣੇ ਰਲੇ ਆ, ਦੋਨਾਂ ਜੀਆਂ ਦੇ ਕੇ ਕੁਛ ਮਾਰਤਾ ਇਹਨੂੰ, ਚੰਗਾ ਭਲਾ ਘਰੋਂ ਗਿਆ ਵਾ, 10 ਵਜੇ ਘਰੇ ਗਏ, 10 ਵਜੇ ਗਏ, 12 ਵਜੇ ਜਦੋਂ ਆਏ ਆ ਫੋਨ ਕਰਕੇ ਬੁਲਾ ਲਿਆ ਇਹਨੇ, ਸੱਦ ਲਿਆ ਵਾ, 12 ਵਜੇ ਜਦੋਂ ਆਏ ਬੇਹੋਸ਼ੀ ਦੀ ਹਾਲਤ 'ਚ ਘਰ ਆਏ ਆ, ਪਤਾ ਨਹੀਂ ਕੀ ਖਵਾਤਾ ਇਹਨਾਂ ਨੇ, ਬਸ ਰੱਖੀ ਤੈਨੂੰ ਮੈਂ ਮਰਵਾ ਦੇਣਾ ਵਾ, ਜੇ ਤੂੰ ਮਨਪ੍ਰੀਤ ਰੱਖਣਾ ਜਾਂ ਮੈਨੂੰ ਰੱਖ ਲਾ, ਮਨਪ੍ਰੀਤ ਨੂੰ ਜਾਣ ਦੇ, ਜੇ ਮੈਨੂੰ ਨਾ ਰੱਖਿਆ ਤੇ ਮੈਂ ਮਰਵਾ ਦੇਣਾ ਸੀ, ਮੈਨੂੰ ਦੱਸਿਆ ਵੀ ਮਰਵਾ ਹੀ ਦਿੱਤਾ ਮੇਰੇ ਲੱਕੀ ਨੂੰ, ਫੋਨ ਕਰਕੇ ਬੁਲਾ ਲਿਆ ਮੇਰੇ ਪੁੱਤ ਨੂੰ, ਮੁੜ ਕੇ ਕੁਛ ਦੇਤਾ ਮੇਰੇ ਪੁੱਤ ਨੂੰ, ਕਿੰਨੇ ਬੁਲਾਇਆ ਜੀ ਫੋਨ ਕਰਕੇ? ਖੁਸ਼ੀ ਨੇ ਤੇ ਗੁਰਮੀਤ ਨੇ ਤੇ ਕਾਕੇ ਨੇ, ਇਹਨਾਂ ਨੇ ਬੁਲਾ ਕੇ ਮੇਰੇ ਪੁੱਤ ਨੂੰ ਕੁਛ ਦੇਤਾ ਵਾ, ਤੇ ਮੈਂ ਇੱਦਾਂ ਆਇਆ ਬਸ, ਜਦੋਂ ਖਾਧਾ ਵਾ ਸਾਨੂੰ ਪਤਾ ਨਹੀਂ ਲੱਗਾ, ਤੇ ਬਸ ਪਤਾ ਨਹੀਂ ਕੀ ਦੇਤਾ ਮੁੜ ਕੇ। ਕਿੰਨੇ ਚਿਰ ਤੋਂ ਗੱਲਬਾਤ ਸੀ? ਇਹਨਾਂ ਦੀ 3 ਸਾਲ ਹੋ ਗਏ ਸੀ, ਤੇ ਹੁਣ ਕਹਿੰਦਾ ਸੀ ਮੈਂ ਆਪਣੀ ਘਰ ਦੀ ਨੂੰ ਰੱਖਣਾ, ਤੈਨੂੰ ਨਹੀਂ ਰੱਖਣਾ, ਤੇ ਇੱਥੋਂ ਹੀ ਉਹਨੇ ਵੈਰ ਕੱਢਿਆ। ਪਹਿਲਾਂ ਕੋਈ ਧਮਕੀ ਜਾਂ ਲੜਾਈ? ਧਮਕੀ ਲਾਉਂਦੇ ਸੀ, ਆਂਦੇ ਟੋਟੇ ਗੁਰਮੀਤ, ਕਾਕਾ ਤੇ ਗੁਰਮੀਤ ਆਂਦੇ ਤੇਰਾ ਮੁੰਡਾ ਟੋਟੇ ਕਰਕੇ ਮਾਰਨਾ ਮੈਂ। ਮੈਂ ਕਿਹਾ ਜਦੋਂ ਮਾਰੋਗੇ ਉਦੋਂ ਵੇਖ ਲਓ, ਮੈਨੂੰ ਨਹੀਂ ਪਤਾ, ਜ਼ਹਿਰ ਦੇ ਦੇਣੀ ਇਹਨਾਂ ਮੇਰੇ ਪੁੱਤ ਨੂੰ, ਸਾਫ ਦਵਾਓ ਹਨੂਣ। ਇਹਦੇ 'ਚ ਹਰਦੇਵ ਸਿੰਘ ਦੀਪੂ ਹੈ ਸਾਡੇ ਸ਼ਹੀਦ ਉਧਮ ਸਿੰਘ ਦਾ ਰਹਿਣ ਵਾਲਾ, ਉਹਦੇ ਪਰਿਵਾਰ ਵੱਲੋਂ ਇਨਫੋਰਮੇਸ਼ਨ ਮਿਲੀ ਸੀ ਵੀ ਸ਼ੱਕੀ ਲਾਚੋ ਦੀ ਡੈਥ ਹੋਈ ਹੈ, ਉਹਦੀ ਬੋਡੀ ਸ਼੍ਰੀ ਗੁਰੂ ਰਾਮਦਾਸ ਹੋਸਪਿਟਲ ਸੀ, ਉੱਥੋਂ ਲੈ ਕੇ ਫਿਰ ਉਹਦਾ ਪੋਸਟਮਾਰਟਮ ਵਗੈਰਾ ਕਰਾਇਆ ਗਿਆ, ਹੁਣ ਰਿਪੋਰਟ ਦੀ ਵੇਟ ਹੋ ਰਹੀ ਹੈ, ਰਿਪੋਰਟ ਆਊਗੀ ਉਹਦੇ ਮੁਤਾਬਕ ਪੱਤੀ ਕਾਰਵਾਈ ਕੀਤੀ ਜਾਊ। ਨਹੀਂ ਅਰੈਸਟ ਦਾ ਤਾਂ ਕੋਈ ਮਤਲਬ ਹੀ ਨਹੀਂ ਅਜੇ, ਅਜੇ ਤਾਂ ਪੋਸਟਮਾਰਟਮ ਹੋਇਆ, ਉਹਦੇ 'ਚ ਪੋਸਟਮਾਰਟਮ ਰਿਪੋਰਟ ਆਊਗੀ, ਜੇਕਰ ਕੋਈ ਉਹਦੇ 'ਚ ਸ਼ੱਕੀ ਹਾਲਾਤ ਪਏ ਗਏ ਫਿਰ ਕਾਰਵਾਈ ਕੀਤੀ ਜਾਊਗੀ। ਥੈਂਕ ਯੂ। 134 ਦੀ ਕਾਰਵਾਈ।